ਭੇਜੂ ਬਾਈ ਗਾਹ ਆਪਣੇ ਤਾਂ ਨੱਕ ਦੀ ਬੋਦੀ ਕੱਟੋ ਆਖੇ ਲੜੀ ਬਦੋ ਬਦੀ ਮੌਕਾ ਮਿਲੇ ਕਦੀ ਕਦੀ ਅੱਜ ਵੀ ਕਿਸੇ ਨੇ ਦੇਖੀ ਮਜ਼ਾ ਲਈਏ ਕੱਲ ਦਾ ਹਾਂ ਬੇ ਕਾਸ਼ੀ ਕੀ ਹਾਲ ਆ ਕਾਸ਼ੀ ਅੱਬੂ ਤੇਰਾ ਠੀਕ ਆ ਪੁੱਤ ਕਿੱਦਾਂ ਐਤਕੀ ਕਣਕ ਬਾਵਾ ਕਹਿੰਦੇ ਹੋ ਗਈ ਹੈਂ ਮੈਨੂੰ ਪਤਾ ਸੀ ਕਾਸ਼ੀ ਵੀ ਐਤਕੀ ਜਿਹੜੀ ਕਣਕ ਆ ਨਾ ਉਹ ਕਾਕਾ ਬਾਵਾ ਮਹਿੰਗੀ ਹੋਣੀ ਆ ਤੇ ਮੈਂ ਵੀ ਛੇਪੀ ਕੀਤੀ ਸੀ ਉਹ ਪਿੰਡ ਨਹੀਂ ਦੁੱਲੇ ਵਾਲ ਉੱਥੇ ਪੂਰਾ ਮਹੀਨਾ ਮੈਂ ਛੇਪੀ ਕੀਤੀ ਪੁੱਤ ਬੜੀ ਕਣਕ ਹੋਈ ਬਈ ਉੱਥੇ ਤੇ ਉਹ ਖਾਲਾਂ ਛਾਤੋਂ ਉਹ ਫੌਤ ਹੋ ਗਈ ਆ ਮੈਨੂੰ ਤਾਂ ਪਤਾ ਹੀ ਨਾ ਲੱਗਿਆ ਆ ਮੈਂ ਕੱਲ੍ਹ ਦਾ ਪਾਣੀ ਪਾਇਆ ਹੋਇਆ ਦੱਸ ਮੈਨੂੰ ਵੀ ਚੇਤੇ ਨਹੀਂ ਨਾ ਰਹਿੰਦਾ ਹੋਰ ਸੁਣਾ ਨਹੀਂ ਨਹੀਂ ਭਾਅ ਜੀ ਤੁਸੀਂ ਟੈਨਸ਼ਨ ਨਾ ਲਵੋ ਬਸ ਸ਼ੇਪ ਕਰਾ ਕੇ ਤੇ ਅੱਲਾ ਦੀ ਰਹਿਮਤ ਨਾ ਮੈਂ ਤੁਹਾਡੇ ਆ ਗਿਆ ਵਾਂ ਆ ਗਿਆ ਆ ਗਿਆ ਆ ਗਿਆ ਸਲਾਮ ਅਲੈਕੁਮ ਓਏ ਆਓ ਜੀ ਵਾਲੈਕੁਮ ਸਲਾਮ ਅੱਜ ਕਿੱਦਾਂ ਜਲਦੀ ਜਲਦੀ ਨਾ ਸੋਹਣੀ ਜੀ ਮੇਰੀ ਸ਼ੇਪ ਕਰ ਦੇ ਮੈਂ ਪੂਰੇ ਵਲੀਮੇ ਚ ਲਿਆ ਹੀ ਨਜ਼ਰ ਆਵਾਂ ਧੋਣ ਲਵਾਵੇ ਸੋਹਣੀ ਸ਼ੇਪ ਕਰੂਗਾ ਤੇਰੀ ਰਾਜਾ ਇਹਨੂੰ ਤੇ ਪਟਾ ਦੇ ਯਾਰ ਦੇ ਸੀ ਕਿੱਡਾ ਬੁਰਾ ਪੈਰ ਦੇ ਵਿੱਚ ਲੱਗਾ ਉਹ ਇੱਥੇ ਸੰਡਾ ਬੰਨੀ ਦਾ ਨਾ ਨਾਲ ਉਹਦਾ ਵੀ ਖਿਆਲ ਰੱਖੀਦਾ ਵਾ ਹੋਰ ਰਾਜਾ ਕਾਰੋਬਾਰ ਦਾ ਸੁਣਾਈ ਆ ਅੱਲਾ ਦਾ ਕਰਮ ਆ ਤੇਰੀ ਦੁਆ ਨਾਲ ਪਹਿਲਾਂ ਤੂੰ ਹੀ ਆਇਆ ਸੁਭਾ ਦਾ ਸੁਭਾ ਦਾ ਯਾਰ ਆ 4 ਵਜੇ ਨਾਲੇ ਹੋ ਚੱਲੇ ਮੈਂ ਹੀ ਆਇਆ ਆਹੋ ਤੂੰ ਸਿਰਫ ਦੁਕਾਨ ਖੋਲਣ ਦਾ ਹੀ ਚੋਰ ਹੋਇਆ ਓ ਯਾਰ ਬਾਜਾ ਦਿਨ ਹੁੰਦਾ ਨਾ ਐਸਾ ਵੀ ਜਦੋਂ ਨੈਸ਼ ਬੰਦਾ ਆਜੇ ਗੱਲ ਕਰਦਾ ਸੁਭਾ ਇੱਕ ਆਇਆ ਸੀ ਨਾ ਆਧਾਰ ਕਰਕੇ ਚਲੇ ਗਿਆ ਰਾਜਾ ਮੈਂ ਤੇਰੀ ਦੁਕਾਨ ਅੱਗੇ ਜਦੋਂ ਵੀ ਨੰਗਿਆ ਖਾ ਲਿਆ ਕੱਲਾ ਹੀ ਬੈਠਾ ਹੁੰਦਾ ਤੇਰੇ ਵਾਸਤੇ ਤੇ ਹਰ ਦਿਨ ਹੀ ਨੈਸ਼ ਬਣਿਆ ਪਿਆ ਅੱਲਾ ਮਾਫੀ ਦੇਵੇ ਰੋਜੀ ਦਾ ਉਹ ਮਾਲਕ ਕਿੱਧਰ ਜਾ ਰਿਹਾ ਫਿਰ ਢੋਲਾ ਬੋਣ ਡੇ ਯਾਰ ਰਾਜਾ ਆਪਣੇ ਪਸੀਨੇ ਦਾ ਸਾਰਾ ਇਹਦੇ ਨਾਲ ਆਪਣਾ ਪਸੀਨਾ ਸਾਫ ਕਰਦਾ ਰਹਿੰਦਾ ਯਾਰ ਸਾਫ ਕੱਲ ਦਾ ਹਜੇ ਧੋਤਾ ਵਾ ਮੈਂ ਚੱਲ ਭਾਈ ਕਰਦੇ ਛੇ ਫਟਾਫਟ ਮੈਂ ਵੀ ਬਲੀਮੇ ਤੇ ਜਾਣਾ ਮੈਨੂੰ ਵੀ ਬਹੁਤ ਜਲਦੀ ਆ ਅੱਛਾ ਹਾਂ ਬਈ ਰਾਜਾ ਹਾਂ ਬਈ ਮੈਂ ਤੈਨੂੰ ਕੀ ਦੱਸਾਂ ਨਾ ਦੱਸ ਐਡੀਆਂ ਐਡੀਆਂ ਕਮਾਲ ਡਿਸ਼ਾਂ ਪੱਕੀਆਂ ਜਿਹੜੀਆਂ ਜਾ ਕੇ ਮੈਂ ਖਾਣੀਆਂ ਮੂੰਹ 'ਚ ਤਾਂ ਤੇਰੇ ਪਾਣੀ ਆਇਆ ਪਿਆ ਵਾ ਅੱਛਾ ਸਲਾਹ ਬਾਉਣ ਡਿਆ ਵਾ ਤੇਰੇ ਮੂੰਹ ਦੇ ਵਿੱਚ ਬੜਾ ਰੂਮ ਆਉਣ ਡਿਆ ਤੇਰੇ ਵੀ ਪਾਣੀ ਆਉਣ ਡਿਆ ਆ ਬਟਨ ਤਾਂ ਪੂਰੇ ਲਵਾ ਲੈਂਦਾ ਕੀ ਗੱਲ ਆ ਵਿਆਹ ਤੇ ਸ਼ੌਕਾ ਨੀ ਸੀ ਮੇਰਾ ਉਹਦੀ ਸੁਣ ਲਾ ਭਾਈ ਤੂੰ ਕੀ ਹੋ ਗਿਆ ਉਹ ਜਾਣ ਡਿਆ ਸੀ ਨਿਆਣੇ ਖੇਲਣ ਡੇ ਸੀ ਗੁੱਲੀ ਡੰਡਾ ਅੱਛਾ ਤੇ ਮੈਨੂੰ ਕੀ ਪਤਾ ਮੈਂ ਤਾਂ ਉੱਥੇ ਹੈਗਾ ਸੀ ਕੰਮ ਤੇ ਉਹ ਕਿਤੇ ਗਿਆ ਵਾ ਬਾਹਰ ਨੂੰ ਫਿਰਨ ਨਿਆਣੇ ਉੱਥੇ ਗੁੱਲੀ ਡੰਡਾ ਖੇਲਦੇ ਸੀ ਉਹ ਇੱਕ ਮੁੰਡੇ ਨੇ ਟੁੱਲ ਮਾਰਿਆ ਤੇ ਇੰਜ ਕਰਕੇ ਗੁੱਲੀ ਤਾਂ ਗਈ ਤੇ ਸਿੱਧੀ ਚਾਚੇ ਦੀ ਅੱਖ ਚ ਓਏ ਹੋਏ 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 ਅੱਖ ਤੇ ਬਚ ਗਈ ਹੋਣੀ ਬਚਣੀ ਆ ਉਹ ਲੱਗ ਗਈ ਆ ਅੱਛਾ ਅੱਖ ਦੇ ਵਿੱਚ ਲੱਗ ਗਈ ਹਾਂ ਓਏ ਹੋ ਚੱਲ ਕੋਈ ਨੀ ਅੱਲਾ ਦਾ ਸ਼ੁਕਰ ਕਰ ਇੱਕ ਅੱਖ ਤੇ ਹੈ ਨਾ ਉਹਦੀ ਕੀ ਗੱਲ ਆ
ਘੋੜੇ ਵਾਲੀ ਟੂ ਫੇਰ ਜਾਂ ਘੋੜਾ ਪੂਰਾ ਫੇਰ ਲਾ। ਅੱਛਾ ਜੀ, ਕੰਮ ਦਾ ਟਾਈਮ ਆ ਉਹਨੇ। ਭਾਜੀ ਕੀ ਹੋ ਗਿਆ ਤੁਹਾਨੂੰ? ਤੁਹਾਡੀ ਅੱਖ ਚ ਕਿਹੜਾ ਕੱਖ ਪੈ ਗਿਆ? ਸੋਨੇ ਦਾ ਕੱਖ ਪੈ ਗਿਆ ਜਿਹੜਾ ਤੁਸੀਂ ਐਂ ਕਰਕੇ ਕੱਢ ਕੇ ਵੀ ਤੁਹਾਡਾ 3600 ਰੁਪਏ ਦਾ ਵਿਕ ਜਾਣਾ। ਛੱਡਦੇ ਯਾਰ, ਛੱਡੋ ਪਰਾਂ। ਭਾਜੀ ਮੱਛਰ ਆ ਰਿਹਾ ਸੀ ਨਾ, ਮੱਛਰ ਪੈ ਗਿਆ। ਹਾਂ ਮੱਛਰ ਕੀ ਗੱਲ, ਕਾਂ ਜਿੱਡਾ ਸੀ ਵੀ ਐਡਾ ਐ ਨਾਗੇ ਦੇਖਣ ਡਿਆ ਤੂੰ। ਏਡੀਆਂ ਏਡੀਆਂ ਤੇਰੀਆਂ ਅੱਖਾਂ ਨੇ, ਜੇ ਮੱਛਰ ਪਿਆ ਵੀ ਗਿਆ ਤੇ ਪਿੱਛੋਂ ਦੀ ਨਿਕਲ ਗਿਆ ਹੋਣਾ ਰਾਜਾ। ਏ ਏ ਦੰਦੀ ਨਾ ਵੱਢਦੀ ਆ ਬਾਗ ਦੇ, ਉਧਰ ਨੂੰ ਹੋ ਜਾ। ਭਾਜੀ ਤੂੰ ਕਰੀ ਜਾ ਕੰਮ, ਮੈਂ ਤੈਨੂੰ ਰੋਕਿਆ। ਪਤਾ ਨੀ ਇਲਾਕੇ ਦਾ ਮਸਤ ਆ ਗਿਆ ਤੇਰੀ ਦੁਕਾਨ ਤੇ ਯਾਰ, ਕੌਣ ਆ ਭਾਈ? ਯਾਰ ਤੂੰ ਸਾਨੂੰ ਕੰਮ ਕਰ ਲੈਂਦੇ ਆ ਭਾਈ, ਦੁਆਇਰ ਕਰੋ ਕੰਮ। ਮੈਂ ਕਿਦੋਂ ਰੋਕਿਆ ਭਾਜੀ? ਤੁਸੀਂ ਆਪਣਾ ਕੰਘਾ ਲਵੋ, ਆਪਣਾ ਸ਼ੀਸ਼ਾ ਲਵੋ, ਜਿਹੜੀ ਮਰਜ਼ੀ ਨੁੱਕ ਚ ਖਲੋ ਕੇ ਐ ਕਰੀ ਯਾਰ, ਕੰਮ ਕਰਾ ਲੈਂਦੇ ਭਾਜੀ। ਮੈਂ ਵਲੀਮੇ ਤੇ ਜਾਣਾ। ਅੱਛਾ ਜੀ ਭਾਜੀ, ਛੱਡੋ ਪਰਾਂ ਤੁਸੀਂ। ਓ ਕੋਈ ਨਾ ਵੀ ਰਾਜਾ, ਤੂੰ ਯਕੀਨ ਕਰ ਲੈ, ਜੈਸੀਆਂ ਜੈਸੀਆਂ ਤੇ ਡਿਸ਼ਾ। ਓ ਭਾਈ ਖੈਰ ਜਾ, ਤੇਰਾ ਕਿਹੜਾ ਕਿਤੇ ਆਪਣਾ ਕੰਨ ਨਾ ਕੱਟ ਲਈ, 2 ਮਿੰਟ ਠਹਿਰ ਜਾ, ਮੈਂ ਕਰ ਦੂੰਗਾ। ਕੀ ਹੈ ਤੈਨੂੰ ਕੱਲ? ਯਾਰ ਮੈਂ ਕਰ ਲੈਣਾ, ਤੁਸੀਂ ਮਸਰੂਫ ਹੋਣਾ, ਮੈਨੂੰ ਕਰਨ ਦਿਓ। ਰਾਜਾ ਨੇ ਮੇਰੀ ਅੱਖ 'ਚ ਕੈਂਚੀ ਮਾਰ ਦੇਣੀ ਆ। ਕੋਈ ਨਾ, ਤੈਨੂੰ ਕਿਹੜਾ ਕਮੀਜ਼ ਆ ਯਾਰ? ਪਿੱਛੇ ਹੋ ਜਾ, ਇੱਧਰ ਨੇਰ ਚੱਲਣ ਡਿਆ ਵੀ ਤੂੰ ਨਸ ਕੇ ਸ਼ੀਸ਼ੇ 'ਚ ਵੜ ਜਾਣਾ ਹੈ, ਵੀ ਤੈਨੂੰ ਪਿੱਛੋਂ ਕੋਈ ਧੱਕੇ ਮਾਰਨ ਡਿਆ ਵੇ। ਇਹਨੂੰ ਕਾਹਦੀ ਏਡੀ ਅੱਖ ਲਾਈ ਹੋਈ ਆ? ਉੱਥੇ ਬਹਿ ਨਹੀਂ ਸਕਦਾ ਤੂੰ? ਇੱਥੇ ਬਹਿ। ਹਾਂ ਇੱਥੇ ਬਹਿ, ਇੱਥੇ ਬਹਿ, ਇੱਥੇ ਬਹਿ ਜਾ। ਮੈਨੂੰ ਜਲਦੀ ਆ। ਉਹ ਜਲਦੀ ਤੂੰ ਕਬਰਸਤਾਨ ਚ ਤੇ ਕਬਰ ਚ ਪੈਣਾ ਜਾ ਕੇ, ਇੱਕ ਮਿੰਟ ਠਹਿਰ। ਜਿਹੜਾ ਤੈਨੂੰ ਕੰਮ ਜਲਦੀ ਜਾ ਕੇ ਪਹਿਲੇ ਕੰਮ ਕਰਿਆ, ਫਿਰ ਇੱਥੇ ਆ ਜਾਈਂ। ਛੱਡੋ ਬੋਨਾ ਤੁਸੀਂ ਰਾਜਾ। ਹਾਂ ਬਈ ਤੂੰ ਯਕੀਨ ਨਹੀਂ ਕਰਦਾ। ਹਾਂ ਉੱਥੇ ਇਸ ਕਿਸਮ ਦੀਆਂ ਡਿਸ਼ਾਂ ਪੱਕੀਆਂ। ਅੱਛਾ, ਕਿ ਮੈਂ ਤੈਨੂੰ ਦੱਸ ਨਹੀਂ ਸਕਦਾ। ਮੈਂ ਅਸੀਂ ਜਿਹੜੀ ਗੱਲ ਕਰਦੇ ਆ ਨਾ, ਹਾਂ ਹਾਂ ਉਹ ਗੱਲ ਹੋਣੀ ਚਾਹੀਦੀ ਆ। ਰਾਜਾ ਤੂੰ ਤੇ ਨੇਕੀ ਦਾ ਕੰਮ ਵੀ ਕਰ ਰਿਹਾ। ਮੈਂ ਤੇਰੇ ਚਾਹ ਮੰਗਾਈ ਆ। ਮੈਨੂੰ ਲੱਗਦਾ ਤੂੰ ਇਹਦੇ ਵਿੱਚ ਚਿੜੀਆਂ ਨੂੰ ਵੀ ਪਾਣੀ ਪਿਆਨਾ। ਮੈਂ ਇੱਥੇ ਹਾਥੀਆਂ ਨੂੰ ਬੁਲਾਉਣ ਨੂੰ ਫਿਰਦਾ ਵਾਂ, ਚੁੱਪ ਕਰ ਜਾ। ਅੱਛਾ ਰਾਜਾ, ਉਹ ਭਾਈ ਉਹਨੂੰ ਲੈ ਗਏ ਹਸਪਤਾਲ। ਹਾਂ ਲਓ ਜੀ, ਹਸਪਤਾਲ ਗਏ ਆ। ਹਾਂ ਉਹਨਾਂ ਨੇ ਭਾਈ ਟੈਸਟ ਲਿਖਤੇ। ਭਾਈ ਦਾ ਤੇ ਕੁਛ ਕਰ ਲਾ, ਇਹਨੇ ਕਿਹੜਾ ਵਕਤ ਪਾਇਆ ਵਿੱਚ ਚਿੱਟੇ ਕੱਟਣ ਦੇ ਆ ਭਾਈ? ਕਿਹੜਾ ਪਿਓ ਵਾਲਾ ਗਾਰਡਰ ਆ ਜਿਹੜਾ ਐਡਾ ਵੱਡਾ ਘੜੀ ਮੂੰਹ ਕੱਟੀ ਜਾਂਦਾ ਵੀ ਤੇਰੇ ਕਿਹੜੀ ਚੀਜ਼? ਕਲਮਾ ਸੈੱਟ ਕਰ ਰਿਹਾ ਮੈਂ, ਅਸਲ 'ਚ ਜਾਣਾ ਕਿਤੇ। ਕਲਮਾ ਤੋਂ ਬਾਅਦ ਤੂੰ ਸੈੱਟ ਹੋਣ ਵਾਲਾ, ਤੇ ਅਸੀਂ ਸੈੱਟ ਕਰ ਦੇਣਾ। ਯਾਰ ਤੁਸੀਂ ਕਰੀ ਜਾਓ ਆਪਣਾ ਕੰਮ, ਕਰੀ ਜਾਓ। ਦੇਖਣਾ ਲੱਗਦਾ ਜਨਾਜ਼ੇ ਨੂੰ ਮੋਢਾ ਦੇਣ ਡਿਆ ਗੱਲ। ਇੱਧਰ ਆ ਜਾ ਭਾਈ, ਇੱਧਰ ਆ ਜਾ। ਲਿਆ ਤੇ ਬੋਰੀ ਚੁੱਕੀ ਹੋਈ, ਸਮਝ ਨਹੀਂ ਆਉਣ ਡਈ ਯਾਰ। ਇਹਨੇ ਆਪੇ ਆਪਣੀ ਟੈਂਡ ਕਰ ਲੈਣੀ ਆ। ਲਾ ਲਾ ਓਏ, ਇਹਦੀਆਂ ਸੇਵੀਆਂ ਬਣਾ ਲਾ, ਜਿੱਡੇ ਬਾਲ ਆ ਨੱਕ ਦੇ ਵਿੱਚ ਭਾਈ। ਚੂਵੇ ਚੂਵੇ ਭਾਈ ਚੂਵੇ, ਤੇ ਇਹਨਾਂ ਨੂੰ ਗੋਲੀਆਂ ਪਾ ਨੱਕ 'ਚ, ਤੇ ਜੇ ਗੋਲੀਆਂ ਨਹੀਂ ਲੱਭਦੀਆਂ ਤੇ ਬਿੱਲੀ ਪਾ ਦੇ ਮੂੰਹ ਨੱਕ 'ਚ। ਯਾਰ ਮੈਂ ਤਾਂ ਕੁੱਤੇ ਹੀ ਪਏ। ਓਏ ਭਾਈ, ਓਏ ਉਹ ਵੀਰਿਆ ਪੱਪਣੀ ਨਾ ਕੱਟ ਲਈ, ਉੱਥੇ ਉੜ ਫੜਾ। ਤੇਰਾ ਜਿੱਡਾ ਵੱਡਾ ਮੂੰਹ ਹੈ ਨਾ, ਤੇਰੇ ਨੱਕ ਦੇ ਪਿੱਛੇ ਤਾਲੂ ਚ ਵਾਲ ਆ। ਤੇਰੇ ਹੱਥ ਕੀ ਗੱਲ ਆ, ਖੁਸ਼ ਰਾਵਾਂ ਤੂੰ ਘੜੀ ਮੁੜੀ ਆ? ਉਹਨਾਂ ਜਾਨਾਂ ਮੈਂ ਕੰਮ ਕਰਨ ਡਿਆ, ਜੇ ਉਹਦੇ ਬਚ ਗਿਆ ਤੇ ਫਿਰ ਕੌਣ ਜ਼ਿੰਮੇਦਾਰ ਹੈ ਜੇ ਉਸ ਤਰ੍ਹਾਂ ਬਚ ਗਿਆ? ਇਹ ਵੀਰੇ ਕੰਮ ਔਖਾ ਨਾ ਔਖਾ ਵਾ। ਤੇ ਲਾਇਆ ਛੱਡ ਦੇ ਯਾਰ ਨੂੰ, ਉਹਦੇ ਪਿੱਛੇ ਪੈ ਗਏ। ਉਹਨੇ ਬਲੀਮੇ ਤੇ ਜਾਣਾ ਵਾ, ਤੂੰ ਆਪਣੀ ਆਪਣਾ ਕੁੱਤਖਾਨਾ ਪਾਇਆ। ਐਵੇਂ ਟੈਨਸ਼ਨ ਪਾਈ? ਉਹ ਭਾਈ ਉਹਨਾਂ ਨੇ ਕਰਾ ਤੇ ਟੈਸਟ। ਟੈਸਟ ਕਿਹਨਾਂ ਨੇ? ਉਹਨਾਂ ਨੇ। ਅੱਛਾ, ਤਾਏ ਨੇ ਪੈਡ ਕਰ ਲਏ। ਅੱਛਾ, ਪੈਡ ਕਰਕੇ ਭਾਈ ਜਦੋਂ ਟੈਸਟ ਕਰਾਏ, ਹਾਂ ਤੇ ਖੂਨ ਨਾ ਲੱਭੇ। ਤਾਏ ਦਾ ਖੂਨ ਕੋ ਬਹੁਤਾ ਹੀ ਗੰਦਾ ਸੀ ਜਿਹੜਾ ਨਹੀਂ ਸੀ ਲੱਭਦਾ ਪਿਆ। ਯਾਰ ਜੀ ਭਾਈ, ਤੇਰਾ ਤਾਂ ਚੂਹਾ ਵੀ ਏਡਾ ਏਡਾ ਹੋਣਾ, ਕਿਹੜੇ ਕੰਮੀ ਲੱਗਾ ਪਿਆ? ਛੱਡਦੇ ਯਾਰ, ਕੀ ਕਰਨੇ ਯਾਰ? ਯਾਰ ਮੇਰਾ, ਅਸੀਂ ਤੇਰੀ ਦੁਕਾਨ ਤੇ ਆਏ ਸਕਾਉਣ ਵਾਸਤੇ, ਤੂੰ ਸਾਨੂੰ ਲੈ ਤੇ ਪਰੇਸ਼ਾਨੀ ਕੀਤੀ ਭਾਈ। ਓਏ ਮੇਰਾ ਗਾਂ, ਓਏ ਚੱਲ ਉੱਥੇ ਬੈ, ਉੱਥੇ ਬੈ। ਆ ਯਾਰ ਕਾਸ਼ੀ ਉੱਠੀ ਜਰਾ, ਇੱਥੇ ਇੱਥੇ ਬਹਿ ਜਾ। ਮੈਂ ਤੈਨੂੰ ਨਾ, ਇਹਦਾ ਤੈਨੂੰ ਮੈਂ ਹੱਲ ਦੱਸਦਾ। ਮੈਂ ਤੈਨੂੰ ਜੈਕ ਲਾ ਦੇਣਾ, ਇੱਥੇ ਚੁੱਪ ਕਰਕੇ ਬਹਿ ਜਾ। ਇਹਦਾ ਹੱਲ ਤੈਨੂੰ ਮੈਂ ਦੱਸਦਾ, ਆ ਗੱਲ ਸੁਣ ਮੇਰੀ, ਆ ਫੜ ਪਟਾ ਇਹਨੂੰ, ਉਹ ਉੱਥੇ ਬੰਨ ਦੇ ਭਾਜੀ। ਕੀ ਗੱਲ ਆ? ਨਹੀਂ ਹਾਂ
ਤੇਰਾ ਨਾ ਅੰਨੇ ਝੋਟੇ ਵਾਲਿਆ ਹਿਸਾਬ ਆ, ਬੰਦ ਬੰਦ ਇਹਨੂੰ ਦੂਰੋਂ ਇੰਜ ਲੱਗਣਾ ਬਿਹੜਾ ਬੰਨਿਆ ਹੋਇਆ ਵਾ। ਚੁੱਪ ਕਰਕੇ ਬਹਿ ਜਾ ਬਈ ਭਾਈਆ, ਉੱਥੇ ਤੈਨੂੰ ਮੈਂ ਕੀ ਦੱਸਾਂ। ਲਓ ਜੀ ਉਹਨਾਂ ਨੇ 8 ਨੰਬਰ ਬੈੱਡ ਦੇ ਦਿੱਤਾ ਭਾਈ ਸਾਨੂੰ ਤੁਹਾਨੂੰ। ਹਾਂ ਤੇ ਤੈਨੂੰ ਮੈਂ ਦੱਸਦਾ ਨਸੀਬ ਆ, ਦੇਖ ਲਾ ਤੁਸੀਂ ਆਪਣੇ ਘਰਾਂ ਦੇ ਵਿੱਚ ਟੁੱਟੀਆਂ ਮੰਜੀਆਂ ਤੇ ਸੌਂਦੇ ਆ, ਉਹਨਾਂ ਨੇ ਤੁਹਾਨੂੰ ਕਿੰਨੀ ਇੱਜ਼ਤ ਦਿੱਤੀ, ਬੈੱਡ ਹੀ ਦੇ ਦਿੱਤਾ ਮੈਨੂੰ। ਜਿੱਥੇ ਤੱਕ ਸ਼ੱਕ ਆ, ਅਗਰ ਮਰੀਜ਼ ਠੀਕ ਹੋ ਗਿਆ ਤੁਸੀਂ ਸਾਰੇ ਹਸਪਤਾਲ ਦੇ ਬੈੱਡ ਨਾਲ ਲੈ ਆਉਣੇ ਘਰ। ਓ ਭਾਈ ਮੈਂ ਤੈਨੂੰ ਦੱਸਦਾ ਵੀ ਉੱਥੇ ਖੂਨ ਦੀ ਲੋੜ ਪੈ ਗਈ ਭਾਈ। ਅੱਛਾ ਲੋ ਲੱਭਾ ਹੀ ਨਾ, ਉਹ ਲੱਭਾ ਹੀ ਨਹੀਂ ਹੈਗਾ। ਡਰਾਮਾ ਸ਼ੁਰੂ ਕੀਤਾ, ਨਹੀਂ ਬੁਰੀ ਗੱਲ ਆ ਯਾਰ, ਇੱਕ ਵਾਰੀ ਹੋਇਆ ਦੋ ਵਾਰੀ ਹੋਇਆ, ਭਾਈ ਨੇ ਅੰਤ ਕੀਤਾ ਪਿਆ, ਚਲ ਛੱਡ ਦੇ ਯਾਰ, ਰਾਜਾ ਫੜ ਮੈਂ ਮਲੀਮੇ ਤੇ ਜਾਣਾ ਹੀ ਨਹੀਂ ਹੈ। ਇੱਧਰ ਆ ਜਾ, ਕਿਹੜਾ ਤੇਰੇ ਪਿਓ ਵਾਲਾ ਸੂਰਜ ਆ ਇੱਥੇ, ਉਹ ਕਿਹੜੇ ਤੇਰੇ ਲੱਕੜ ਦੇ ਵਾਲ ਆ ਜਿਹੜੇ ਵਗਦੇ ਨਹੀਂ, ਦੱਸ ਦੇ ਕਿਹੜੀ ਇਹਨਾਂ ਵਾਲਾਂ ਦੇ ਵਿੱਚ ਤਾਰਾਂ ਫਿੱਟ ਕਰਾਈਆਂ ਵਾ। ਉਹ ਤੂੰ ਤੇ ਜਾਣਾ ਵੀ ਕਿਤੇ ਨਹੀਂ। ਜਾਣਾ ਮੈਂ ਕਿੱਥੇ ਜਾਣਾ, ਘਰ ਲੋ ਖੱਲਾ ਨੂੰ ਉੱਤ ਤੂੰ। ਉਹ ਤੇਰਾ ਐਡਾ ਵੱਡਾ ਮੂੰਹ ਹੈ, ਸ਼ੀਸ਼ੇ 'ਚ ਨਹੀਂ ਹੁੰਦਾ, ਉਹ ਤੂੰ ਵੱਡਾ ਸ਼ੀਸ਼ੇ 'ਚ ਜਾ ਕੇ ਕਿਹੜਾ ਪਿਓ ਵਾਲਾ ਮੰਜਾ ਬੈਲਟ ਕਰਨ ਵਾਲੇ ਲਾ ਕੇ ਮੈਨੂੰ ਦੱਸ ਦੇ। ਉਹ ਮੈਨੂੰ ਗਾ ਗਾ ਮੇਰਾ ਆ ਦੇ ਤੇਰੀ ਮਿਹਰਬਾਨੀ, ਇੱਧਰ ਆ ਜਾ। ਕਿਹੜੀ ਤੇਰੇ ਪਿਓ ਵਾਲੀ ਈਦ ਆਈ ਅੱਜ, ਕਰੋ ਭਾਜੀ ਕੰਮ ਕਰੋ। ਚੜੀਆਂ ਤੈਨੂੰ ਖੁਸ਼ੀਆਂ ਚੜੀਆਂ, ਉਹ ਵਿਹਲਾ ਬੰਦਾ ਤੂੰ, ਕਾਹਦੀਆਂ ਖੁਸ਼ੀਆਂ ਮਨਾਉਣ ਡੇ ਭਾਜੀ? ਗੁੱਸਾ ਨਾ, ਅਸੀਂ ਤਾਂ ਬਲੀਮੇ ਤੇ ਜਾਣਾ, ਤੂੰ ਜਾਣਾ ਨਹੀਂ ਕਿਤੇ ਨੇ ਕੁੜਿਆ ਆਉ ਠੀਕ, ਮੈਨੂੰ ਬੰਨਾ ਉੱਥੇ ਰਾਜਾ। ਓਏ ਮੈਂ ਤੇਰੇ ਤੇ ਇੱਟ ਰੱਖ ਦੇਣੀ ਆ, ਉਹ ਸੌਣ ਭਾ ਦੋਂਦੇ ਆ ਕੋਈ ਇੱਟ ਰੱਖ ਦਿਆ, ਬੜਾ ਗੁੱਡਿਆ ਵੀ ਗੁੱਡਾ ਹਵਾ ਨਾ ਉੱਡਣ ਦੇ ਆ, ਇੱਟ ਰੱਖ ਦੇਣੀ, ਇਹਦੇ ਉੱਤੇ ਪਹਾੜ ਰੱਖ। ਚੱਲ ਕੋਈ ਨਹੀਂ, ਗੁੱਸਾ ਨਾ ਕਰੋ ਭਾਜੀ, ਤੁਸੀਂ ਬਲੀਮੇ ਨਾ ਕਰੋ, ਗੱਲ ਆ ਯਾਰ ਕਰਨ ਵਾਲੀ। ਚਲੋ ਸਿੱਧੇ ਹੋਵੋ ਤੁਸੀਂ। ਓ ਨੋ, ਇੱਕ ਮਿੰਟ, ਸੌਰੀ ਸੌਰੀ। ਓ ਮੈਂ ਚਲੋ ਸੁਰ ਕੋਈ ਨਹੀਂ, ਕੁਰਸੀ ਦੇ ਵਿੱਚ ਨਾ ਚੱਲਾਂ। ਅਸਲ ਚ ਨਾ ਤਾਇਆ ਭਾਈ ਸੀਰੀਅਸ ਹੋ ਗਿਆ। ਓਏ ਹੋਏ ਹੋਏ, ਆਕਸੀਜਨ ਲਾਇਆ, ਸੀਰੀਅਸ ਹੋ ਗਿਆ। ਓਏ ਕਿਹੜੀ ਗੱਲ ਐਸੀ ਕੀਤੀ ਸੀ, ਤਾਇਆ ਸੀਰੀਅਸ ਹੀ ਹੋ ਗਿਆ? ਓ ਯਾਰ, ਉਹਦੇ ਗੁੱਲੀ ਜਿਉਂ ਅੱਖ 'ਚ ਲੱਗੀ। ਅੱਛਾ, ਗੁੱਲੀ ਲੈ, ਗੁੱਲੀ ਮੇਰੇ ਦਿਲ 'ਚ ਨਿਕਲ ਗਈ। ਹਾਂ ਤੇ ਉਹ ਭਾਜੀ ਬੂਟੇ, ਹਾਂ ਅਸੀਂ ਭਾਈ ਉੱਥੋਂ ਚੁੱਕਿਆ, ਉਹਨੂੰ ਲੈ ਗਏ ਅਸੀਂ ਚੀਚਾ ਵਤਨ। ਓ ਨੋ, ਤੈਨੂੰ ਥੁੱਕਣ ਦੀ ਵੀ ਤਮੀਜ਼ ਨੀ ਹੈਗੀ, ਇੱਥੇ ਬਹਿ ਜਾ, ਚੰਗੇ ਘਰਾਂ ਦੇ ਮਸਤਾ। ਚਲੋ ਮੁਸੀਬਤ ਪਾਤੀ ਹੈ ਹੁਣ ਯਾਰ, ਤੇਰੀ ਮਿਹਰਬਾਨੀ ਆ। ਗੱਡੀ ਗੱਡੀ ਆ ਗਈ, ਮੈਂ ਜਾਣਾ ਵਾ। ਉਹਦੇ ਥੱਲੇ ਆ ਜਾ ਤੂੰ, ਚੁੱਪ ਕਰ। ਤੁਸੀਂ ਥੱਕ ਗਏ ਹੁਣ, ਇੰਨਾ ਚੁੱਕਿਆ ਮੇਰਾ, ਥੱਕ ਗਏ ਦੋ ਮਨ ਦਾ ਦਾਦਾ ਸੀ ਸਾਡਾ, ਥੁੱਕੀ ਜਾਣ ਡੇ। ਚੱਲ ਕੋਈ, ਅਸੀਂ ਨਾ ਭਾਈ ਇਹਦੇ ਮੂੰਹ ਚ ਪਾ ਦੇ ਬਗਲ, ਇਹਦੇ ਮੂੰਹ ਚ ਪਾ ਦੇ ਮੇਰੇ ਗਾਹਕ ਦੇ। ਓਏ ਉੱਥੇ ਬਹਿ ਜਾ, ਬਗਲ ਬਗਲ ਨਾ, ਬਗਲ ਨਾ, ਬੜਾ ਨਾ ਫੀਡਰ ਬੰਨਿਆ ਦੇ ਮੂੰਹ ਚ ਪਾ ਦੇ, ਤੇਰਾ ਤੇਰਾ ਦਿਮਾਗ ਠੀਕ ਆ? ਬਗਲ ਤੈਨੂੰ ਵਾਸਤਾ ਰੱਬ ਨਾ, ਮੈਂ ਮਲੀਮੇ ਤੇ ਜਾਣਾ, ਮੈਨੂੰ ਅੱਜ ਤੇ ਚੰਗੀ ਰੋਟੀ ਖਾ ਲੈਂਦੇ। ਕਿੱਡਾ ਨੇਕ ਬੰਦਾ ਵਾ, ਖਾਵਾ ਬਗਲਾ ਹੀ ਇੰਜ, ਜਾਣੀ ਸੇਮੀਆਂ ਰੱਖੀਆਂ ਬਗਲਾਂ ਚ। ਹੈਂ, ਬਗਲ ਉਹਨੇ ਇੰਜ ਕੀਤੀ, ਮੈਨੂੰ ਦੂਰੋਂ ਇੰਜ ਲੱਗਾ ਵੱਡਾ ਗੇਟ ਖੁੱਲ ਗਿਆ। ਲੈ ਭਾਈ ਉਹਨਾਂ ਨੇ ਲੱਤ ਲਾ ਦਿੱਤੀ। ਓ ਨੋ,
ਯਾਨੀ ਕਿ ਅੱਗੇ ਅੱਖ ਦਾ ਮਸਲਾ ਸੀ ਮੈਂ ਲੱਤ ਲਾਤੀ ਯਾਨੀ ਕਿ ਤੇਰਾ ਤਾਇਆ ਇੱਥੇ ਹੁੰਦੇ ਬਾਲ ਇੱਥੇ ਨਹੀਂ ਹੁੰਦੇ ਨੇ ਖੱਟੀ ਦੇ ਅੱਛਾ ਇੰਤਜ਼ਾਮ ਕੀਤਾ ਹੋਇਆ ਮੈਂ ਅੱਜ ਪਹਿਲੀ ਵਾਰੀ ਇੰਨੀਆਂ ਚੰਗੀਆਂ ਡਿਸ਼ਾਂ ਖਾਣੀਆਂ ਚਲੋ ਭਾਜੀ ਕੋਈ ਨੀ ਹੋ ਜਾਂਦਾ ਵਾ ਗਾਟੀ ਦੇ ਨਾਲ ਹੀ ਆ ਭਾਜੀ ਬੂਟੇ ਅਸਲ ਚ ਨਾ ਜਦੋਂ ਵੀ ਮੈਂ ਸ਼ੇਵ ਕੀਤੀ ਰਾਜਾ ਮੇਰੀ ਗੱਲ ਸੁਣ ਲਾ ਰਿਸ਼ਤੇਦਾਰ ਭਾਜੀ ਸੜਕ ਦੇ ਅੱਡਾ ਲਾਇਆ ਤੁਸੀਂ ਮੰਮੀ ਆ ਗਏ ਕਿਹੜੀ ਗੱਲ ਹੁਣ ਤੇਰੀ ਕਿਸ ਤਰ੍ਹਾਂ ਅਸੀਂ ਸੜਕ ਦੇ ਥੱਲੇ ਅੱਡਾ ਲਾ ਲਈਏ ਸੜਕ ਦੇ ਉੱਤੇ ਅੱਡਾ ਲਾਈਦਾ ਤੇਰੀ ਮਿਹਰਬਾਨੀ ਕੰਮ ਕਰੋ ਭਾਜੀ ਮੈਂ ਤੁਹਾਨੂੰ ਕੁਛ ਕਹਿਣਾ ਮੈਨੂੰ ਬਲੀਮੇ ਨਾਲ ਬਹੁਤ ਪਿਆਰ ਆ ਤੂੰ ਆਪਣੀ ਔਲਾਦ ਨਾਲ ਕਿਉਂ ਨੀ ਪਿਆਰ ਕਰ ਤੂੰ ਬਲੀਮੇ ਕਿੱਥੇ ਜਾਣਾ ਮੈਨੂੰ ਉੱਥੇ ਭੇਜ ਦੇ ਮੈਂ ਖਾ ਏਡਾ ਤਾਜ਼ਾ ਮਸਤ ਏਡਾ ਸਮਝਦਾਰ ਮਸਤ ਉੱਥੇ ਬਲੀਮਾ ਤੂੰ ਖਾਇਆ ਤੂੰ ਕਿੱਥੇ ਜਾਏਗਾ ਇੰਨੀ ਦੂਰ ਬਲੀਮੇ ਤੇ ਕਿਰਾਇਆ ਲੱਗੇਗਾ ਸਲਾਮੀ ਦੇਗਾ ਸਲਾਮੀ ਤੂੰ ਮੈਨੂੰ ਫੜਾ ਦੇ ਤੇਰੇ ਵੱਲੋਂ ਮੈਂ ਦੇ ਆਉਣਾ ਰੋਟੀ ਵੀ ਖਾ ਉਹਨਾਂ ਇੱਧਰ ਨੂੰ ਮੂੰਹ ਕਰ ਲੈ ਨਕੱਤੀ ਦੇ ਉਹ ਕਿਹੜਾ ਕੰਮ ਸ਼ੁਰੂ ਕਰ ਲਿਆ ਇੱਧਰ ਮੂੰਹ ਖਾਣਾ ਅੱਛਾ ਕਿਹੜੀ ਮੁਸੀਬਤ ਚ ਪੈ ਗਿਆ ਵਾ ਕੋਈ ਨੀ ਮੇਰੇ ਮੂੰਹ ਤੇ ਮਾਰ ਮੇਰੇ ਝੱਗ ਲੱਗੀ ਆਪਣੇ ਤੇਰੇ ਤੇ ਪਸੀਨਾ ਆਇਆ ਭਾਜੀ ਵਾਲ ਕਿਹੜੇ ਤੇਰੇ ਪਿਓ ਵਾਲੇ ਬੱਦਲ ਆ ਵੀ ਆਪੀ ਪਾਈ ਜੰਨਾ ਉਹਦੇ ਚਲੋ ਉੱਥੇ ਬਹਿ ਜਾ ਯਾਰ ਭਾਈ ਸਿਰ ਵਾਲ ਉਹ ਤੇਰਾ ਸਿਰ ਮੈਂ ਲਾ ਦੇਣਾ ਓਏ ਉਹ ਤੇ ਉਹ ਤੇਰੇ ਕੋਲ ਰਾਜਾ ਕੋ ਬੁਗਦਾ ਹੈ ਨਹੀਂ ਇੱਥੇ ਇਹਦੀ ਧੌਣ ਹੀ ਲਾ ਦੇ ਕੋਈ ਬੋਣੀ ਕਰਨ ਦਾ ਯਾਰ ਤੇਰੀ ਮਿਹਰਬਾਨੀ ਆ ਮੁਸੀਬਤ ਚ ਪਾਤਾ ਮੈਨੂੰ ਮੈਂ ਕਿਹੜੀ ਮੁਸੀਬਤ ਚ ਆ ਗਿਆ ਹੁਣ ਬਲੀਮੇ ਤੇ ਜਾ ਉਹਨੇ ਬਲੀਮੇ ਤੇ ਜਾਣਾ ਵਾ ਯਾਰ ਚੁੱਪ ਕਰਕੇ ਬਹਿ ਜਾ ਮੈਂ ਤੈਨੂੰ ਕਹੀ ਵੀ ਜਾਣਾ ਮੈਨੂੰ ਜਲਦੀ ਆ ਮੈਂ ਕਹਿੰਦਾ ਰੇ ਬਿਆ ਬਲੀਮੇ ਤੇ ਮੈਂ ਚੱਲ ਜਾਣਾ ਤੂੰ ਉਹਨਾਂ ਦਾ ਸੌੜਾ ਵਾ ਤੂੰ ਉੱਥੇ ਜਾ ਉੱਥੇ ਬਹਿ ਉਹ ਤੂੰ ਨਾ ਕੁੜੀ ਵਾਲੀ ਸਾਈਡ ਤੋਂ ਉਹ ਨਾ ਮੁੰਡੇ ਵਾਲੀ ਸਾਈਡ ਤੋਂ ਤੂੰ ਸਿਰਫ ਭਾਂਡੇ ਧੋਣ ਵਾਲੀ ਦਾ ਮੁੰਡਾ ਵਾ ਤੂੰ ਕਹਿੰਦਾ ਮੈਂ ਬਲੀਮੇ ਤੇ ਜਾਣਾ ਤੁਸੀਂ ਉਧਰ ਨੂੰ ਮੂੰਹ ਕਰੋ ਕਿਉਂ ਮੈਨੂੰ ਇੱਧਰ ਨੂੰ ਮੂੰਹ ਕੀ ਆ ਅਸਲ ਪਤਾ ਕੀ ਆ ਅਸੀਂ ਕਹਿੰਦੇ ਆ ਵੀ ਤੂੰ ਨਾ ਉਹ ਰਾਜਾ ਮੂੰਹ ਇੱਥੇ ਆ ਇੱਥੇ ਨੂੰ ਖੱਤੀ ਦੇ ਆ ਮੂੰਹ ਆ ਮੂੰਹ ਨਹੀਂ ਮੇਰਾ ਮੂੰਹ ਕੋ ਪੇਚਾਂ ਵਾਲੇ ਵੀ ਮੂੰਹ ਇੱਕ ਕੇ ਘੁੰਮ ਗਿਆ ਤੇ ਮੇਰਾ ਮੂੰਹ ਆ ਵਾ ਤੇ ਮੇਰੇ ਮੂੰਹ ਦਾ ਵਾਸਤਾ ਮੇਰੀ ਜੇਬ ਕਰ ਦੇ ਆ ਮੈਂ ਕਿਹੜੀ ਮੁਸੀਬਤ ਚ ਪੈ ਗਿਆ ਚਲ ਆਏ ਮੇਰੇ ਰੱਬਾ ਬਲੀਮਾ ਮੈਂ ਨਹੀਂ ਜਾਣਾ ਮੈਂ ਜਦੋਂ ਜਾਣਾ ਉੱਥੇ ਉਹਨਾਂ ਨੇ ਬਰਤਨ ਧੋਂਦੇ ਹੋਣਾ ਤੇ ਮੈਂ ਤੈਨੂੰ ਚੋਲੀਆਂ ਚੁੱਕ ਚੁੱਕ ਕੇ ਬਦਮਾਵਾਂ ਦੇਣੀਆਂ ਤੂੰ ਨੂੰ ਹਾਂ ਯਾਰ ਕਰ ਲੈ ਬਹਿ ਜਾ ਚਲ ਉਹ ਬੈਰੇ ਵੀ ਬੜੇ ਤੇਜ਼ ਹੋਣੇ ਉਹਨੇ ਠੰਡਾ ਸਾਧਨ ਮੈਨੂੰ ਖਵਾ ਦੇਣਾ ਵਾ ਉਹਨੂੰ ਮੈਂ ਕਹਿ ਦਿੱਤਾ ਵਾ ਭਾਜੀ ਮੈਂ ਮਿੰਟ ਮਾਰਨਾ ਮਿੰਟ ਮਿੰਟ ਹੀ ਤਾਂ ਮਾਰਨ ਨੇ ਰਾਜਾ ਤੈਨੂੰ ਕਹਿੰਦਾ ਜੇ ਕੋਈ ਨੀ ਰਾਜਾ ਮੇਰਾ ਕਿਹੜਾ ਦਿਲ ਕੱਟਣ ਡਿਆ ਮੇਰੇ ਤੇ ਪਾਣੀ ਪਈ ਜਾਂਦਾ ਇਸਤਰੀ ਕਰ ਦਾਂਗੇ ਤੂੰ ਬਹਿ ਇੱਥੇ ਇਸਤਰੀ ਕਰ ਦਾਂਗੇ ਚਲੋ ਮੂੰਹ ਤੇ ਇਸਤਰੀ ਕਰ ਲਾ ਸਾਫ ਕਰ ਲਾ ਭਾਈ ਅਸੀਂ ਗੱਲ ਇਹ ਕਰਦੇ ਲੈ ਉੱਥੋਂ ਲੈ ਗਏ ਐਮਰਜੈਂਸੀ ਦੇ ਵਿੱਚ ਉਹ ਤੇਰੇ ਚਾਚੇ ਨੂੰ ਤੇਰੇ ਤੈ ਨੂੰ ਅੱਗ ਪਵੇ ਪਹਿਲੇ ਆਹ ਕਰ ਮੈਂ ਤੇਰੇ ਤੈ ਨੂੰ ਕੀ ਕਰਨਾ ਪਹਿਲਾਂ ਤੂੰ ਕਰ ਲਾ ਬਈ ਫਿਰ ਬਹਿ ਇੱਥੇ ਉਹ ਬਹੁਤ ਸਨਾ ਬੈਠੇ ਗਿੱਲੇ ਕਰਕੇ ਵੀ ਬਾਹਰ ਆ ਜਾ ਬਲੀਮੇ ਤੇ ਜਾ ਟਾਇਲ ਖਰਾਬ ਕਰ ਦਿੱਤਾ ਮੇਰਾ ਚਲੋ
ਬੈਠੋ ਭਾਜੀ, ਸਟਾਈਲ ਖਰਾਬ ਹੋ ਗਿਆ ਅੱਗੇ ਬੜਾ, ਤੂੰ ਮਾਡਲ ਸੀ ਤੇਰਾ ਸੈਟ, ਸਟਾਈਲ ਖਰਾਬ ਹੋ ਗਿਆ। ਆ ਜਾਓ ਭਾਜੀ, ਬੈਠੋ ਭਾਜੀ, ਤੁਸੀਂ ਬਲੀਮੇ ਤੇ ਜਾਣਾ ਵਾ, ਉਹਨੇ ਬਲੀਮੇ ਤੇ ਜਾਣਾ ਯਾਰ। ਵਾਸ਼ਿੰਗ ਮਸ਼ੀਨ ਹੁੰਦੀ ਆ, ਸਪਿਨਰ ਹੁੰਦੀ ਆ, ਚੱਲ ਉੱਥੇ ਕੰਮ ਕਰ ਜਾ ਕੇ ਆਪਣਾ ਲੈ ਰੋਜਾ। ਅਸੀਂ ਨਾ ਜਦੋਂ ਗਏ ਆ ਨਾ ਐਮਰਜੈਂਸੀ ਦੇ ਵਿੱਚ, ਇਹਦੇ ਵਿੱਚ ਬਲੇਡ ਤੇ ਪਾਣਾ, ਤੂੰ ਐਮਰਜੈਂਸੀ 'ਚ ਬਲੇਡ ਭੁੱਲ ਹੀ ਬੈਠਾ, ਇਹਦੇ 'ਚ ਬਲੇਡ ਪਾਏਗਾ ਤਾਂ ਲਾਉਣਗੇ ਮਾਰ ਪਾ ਲੈਣਾ। ਤੇਰੇ ਕਿਹੜੇ ਜ਼ਖਮ ਵਗਣ ਡੇ ਜਿਹੜੇ ਤੂੰ ਬਰਨੋਲ ਲਾਉਣ ਡਿਆ, ਕਿਹੜੇ ਤੇਰੇ ਕੀੜੇ ਪਏ ਆ। ਚੱਲ ਇੱਧਰ ਉਹਨੇ ਬਲੀਮੇ ਤੇ ਜਾਇਆ ਜਾ ਕੇ, ਮੈਂ ਤੈਨੂੰ ਕਹੀ ਨਾ ਮੈਂ ਬਲੀਮੇ ਤੇ ਜਾਣਾ, ਮੈਨੂੰ ਕੋਈ ਪੈਸਾ ਕਮਾ ਲੈਂਦੇ ਓਏ, ਇੱਧਰ ਹੋ ਜਾ, ਉਹ ਸੌ ਮੰਨਦੇ ਆ ਕੁੱਤੇ ਆ, ਇੱਧਰ ਬੈਠ, ਮੈਨੂੰ ਕੋਈ ਪੈਸਾ ਕਮਾ ਲੈਂਦੇ। ਤੂੰ ਐਸਾ ਆਇਆ ਵਾ ਵੀ ਸਾਨੂੰ ਸਾਬਣ ਲਾਉਣਾ ਵੀ ਚੇਤੇ ਨਹੀਂ ਹੈਗਾ, ਅਸੀਂ ਗੱਲ ਕਰਨ ਦੇ ਸੀ, ਤੂੰ ਜਦੋਂ ਗਾਹਕ ਆਵੇ ਬੰਦਾ ਇਹ ਦੇਖੇ ਵੀ ਅਗਲੇ ਕੋਲੇ ਰਾਜਾ ਪਹਿਲਾਂ ਸਾਬਣ ਲਾਇਆ, ਉਹ ਰਾਜਾ ਜਿਹੜਾ ਪਹਿਲਾਂ ਸਾਬਣ ਲਾਇਆ ਖਾਰਜ ਹੋਣ ਲੱਗ ਪਈ, ਉਹ ਰਾਜਾ ਸਾਬਣ ਆਕੜ ਗਿਆ ਤੇਰਾ ਮੂੰਹ ਇੱਥੇ, ਆ ਆ ਆ ਅੱਲਾ ਨੇ ਠੋਡੀ ਦਿੱਤੀ ਇੱਥੇ ਨਹੀਂ ਇੱਥੇ। ਰਾਜਾ ਹੈਰਾਨ ਦੇ ਯਾਰ, ਕੀ ਹੋਇਆ ਕੀ ਹੋਇਆ ਕੀ ਆ, ਚੱਲ ਕੰਮ ਕਰ ਭਾਜੀ ਦੀ ਸ਼ੇਪ ਕਰ, ਤੇਰੀ ਸਾਬਣ ਮੈਂ ਲਾਵਾਂਗਾ ਰਾਜੀ, ਸਾਬਣ ਲਾ ਦਿੱਤਾ ਬਗਲਾ ਲਾ ਦੇ।